एक आसमां हम तारे एक फूल के गुलबारे गुलबारे कतरा 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 मिलकर सारे उल्फत की बारिश के धारे सोनी धरती सोनी धरती लोग नियारे नियारे यार मोहब्बत के नजारे नजारे रंग उफ़ुबत के ये प्यारे एक धनक के रंग सारे पंजाबी कश्मीरी सिंधी सराइकी और बल्ती सब पख्तून महाजिर और बलोचिस्तान की आन पाकिस्तान ਪੰਜਾਬੀ ਸੁਣਨ ਸਮਝਣ ਬੋਲਣ ਦੇ ਨਾਲ ਮੁਹੱਬਤ ਕਰਨ ਵਾਲੇ ਨੂੰ ਜ਼ਾਹਿਦ ਮਹਿਮੂਦ ਦੀ ਤਰਫੋਂ ਅਸਲਾਮ ਵਾਲੇਕੁਮ। ਤੁਸੀਂ ਵੇਖ ਰਹੇ ਹੋ ਆਪਣਾ ਫੇਵਰਟ ਚੈਨਲ ਚੈਨਲ 49। ਅੱਜ ਅਸੀਂ ਮੌਜੂਦ ਹਾਂ ਸ਼ਾਹੀਨਾ ਦੇ ਸ਼ਹਿਰ ਸਰਗੋਦਾ 49 ਟੇਲ ਮੇਨ ਫੈਸਲਾਬਾਦ ਰੋਡ 'ਤੇ, ਜਿੱਥੇ ਇੱਕ ਸਸਤਾ ਬਾਜ਼ਾਰ ਲੱਗਿਆ ਹੈ। ਸਾਡੇ ਨਾਲ ਮੌਜੂਦ ਨੇ ਕੁਝ ਸਾਥੀ, ਆਇਓ ਉਹਨਾਂ ਨੂੰ ਪੁੱਛਦੇ ਹਾਂ ਕਿ ਸਸਤਾ ਬਾਜ਼ਾਰ ਕਿਸਨੇ ਲਗਾਇਆ ਔਰ ਇਹਦਾ ਕੀ ਮਕਸਦ ਹੈ। ਜੀ ਸ਼ੇਖ ਆਸਿਫ ਸਾਹਿਬ, ਅਸਲਾਮ ਵਾਲੇਕੁਮ। ਜੀ ਵਾਲੇਕੁਮ ਸਲਾਮ ਰਹਿਮਤ। ਸਾਰੇ ਦੱਸੋ ਇਸ ਬਾਜ਼ਾਰ ਦੇ ਬਾਰੇ 'ਚ ਕੀ ਹੈ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸੀਂ ਇਹ ਬਾਜ਼ਾਰ ਲਾਇਆ ਜੀ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਦੀ ਤਰਫੋਂ ਲਗਾਇਆ ਜੀ। ਇਹ ਆਵਾਮ ਦੀ ਸਹੂਲਤ ਵਾਸਤੇ ਲਗਾਇਆ ਹੈ। ਇਹਦੇ 'ਤੇ ਚੀਨੀ, ਦਾਲਾਂ, ਗਰੋਸਰੀ ਹਰ ਕਿਸਮ ਦੀ ਲਿਆਉਂਦੀ ਹੈ। ਜਿਹਦੇ ਚੀਨੀ 100 ਰੁਪਏ ਕਿਲੋ ਦੇ ਰਹੇ ਹਾਂ, ਦਾਲ ਜੋ ਚਨਾ ਬਾਜ਼ਾਰ 240 ਰੁਪਏ ਰੇਟ, ਅਸੀਂ 200 ਰੁਪਏ ਕਿਲੋ ਦੇ ਰਹੇ ਹਾਂ। ਇਸੇ ਤਰ੍ਹਾਂ ਘੀ ਦੇ 'ਚ ਕਾਫੀ ਰਿਲੀਫ ਹੈ, ਆਇਲ 'ਚ ਰਿਲੀਫ ਹੈ, ਸਬਜ਼ੀਆਂ ਆਲੂ ਪਿਆਜ਼ ਚਨੇ ਆਲੂ ਪਿਆਜ਼ ਔਰ ਸਬਜ਼ੀਆਂ ਵਗੈਰਾ 'ਚ ਮਾਰਕੀਟ ਰੇਟ ਤੋਂ ਅਸੀਂ ਬਹੁਤ ਘੱਟ ਲੈ ਰਹੇ ਹਾਂ। ਜੋ ਰੇਟ ਹੋਲਸੇਲ ਦੇ 'ਚ ਆ ਰਿਹਾ ਜਾਂ ਮੰਡੀ ਤੋਂ ਆ ਰਿਹਾ, ਅਸੀਂ ਉਹੀ ਰੇਟ ਲਗਾ ਰਹੇ ਹਾਂ। ਇਸ ਤੋਂ ਇਲਾਵਾ ਸਾਡਾ ਦਸਤਰਖਾਨ ਨੇ 3 ਦਸਤਰਖਾਨ ਮੇਰੇ ਅੰਡਰ 'ਚ ਨੇ, 49 ਟੇਲ, ਸੈਲਰ ਡੌਨ ਔਰ ਰਹਿਮਾਨ ਪਲਾਜ਼ਾ। ਇਸ ਤੋਂ ਇਲਾਵਾ ਸਾਡੇ 4 ਸਸਤੇ ਤੰਦੂਰ ਚੱਲ ਰਹੇ ਨੇ, ਜਿਨ੍ਹਾਂ 'ਚ ਅਸੀਂ ਗਰੀਬ ਆਦਮੀ ਨੂੰ ਰੋਟੀ 10 ਰੁਪਏ ਦੀ ਦੇ ਰਹੇ ਹਾਂ। ਇੱਕ ਹੋਟਲ ਅਸਾਂ ਇੱਥੇ ਕੱਲ੍ਹ ਇਫਤਤਾਹ ਕੀਤਾ ਇੱਕ ਹੋਟਲ ਦਾ ਵੀ ਜੀ, ਇਸ ਹੋਟਲ ਦੇ ਵਿੱਚ ਖਾਣਾ ਜਿਹੜਾ ਨਾ ਜੀ, ਉਹ ਤਕਰੀਬਨ 70 ਤੋਂ 80 ਰੁਪਏ ਦੇ 'ਚ ਬੰਦਾ ਭਰਪੂਰ ਤਰੀਕੇ ਨਾਲ ਖਾ ਸਕਦਾ। ਉਹ ਖਾਣਾ 50 ਰੁਪਏ ਦਾ ਸਾਲਨ ਹੈ, 10 ਰੁਪਏ ਦੀ ਰੋਟੀ ਹੈ। ਅੱਛਾ ਜੀ, ਸ਼ੇਖ ਆਸਿਫ ਸਾਹਿਬ, ਇਹ ਦੱਸੋ ਜਿਹੜਾ ਦਸਤਰਖਾਨ ਤੁਸੀਂ ਲਗਾਇਆ ਹੈ, ਇਹਦੇ ਵਿੱਚ ਕੀ ਫ੍ਰੀ ਖਾਣਾ ਹੈ ਆਵਾਮ ਵਾਸਤੇ, ਮਜ਼ਦੂਰ ਬੰਦਿਆਂ ਵਾਸਤੇ? ਅਸੀਂ ਦਸਤਰਖਾਨ ਦੇ ਉੱਤੇ ਜੀ ਖਾਣੇ ਦਾ ਰੇਟ 20 ਰੁਪਏ ਰੱਖਿਆ ਹੋਇਆ, 20 ਰੁਪਏ। ਲੇਕਿਨ ਅਸੀਂ ਕਿਸੇ ਨੂੰ ਲਾਈਨ 'ਚ ਲਗਾ ਕੇ ਨਹੀਂ ਦਿੰਦੇ, ਅਸੀਂ ਸਾਰਿਆਂ ਨੂੰ ਦਸਤਰਖਾਨ 'ਤੇ ਬਿਠਾਉਂਦੇ ਹਾਂ, ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਨੂੰ ਖਾਣਾ ਪੇਸ਼ ਕਰ ਦਿੰਦੇ ਹਾਂ ਔਰ ਅਸੀਂ ਆਵਾਜ਼ ਲਗਾਉਂਦੇ ਹਾਂ ਕਿ ਵੀ ਅਸੀਂ ਇਸ ਖਾਣੇ ਦਾ ਹਾਦੀ ਆ, 20 ਰੁਪਏ ਰੱਖਿਆ ਹੈ, ਜੋ ਮਾਈ ਦੇਣਾ ਚਾਹੇ ਉਹ ਦੇ, ਜਿਹਦੇ ਕੋਲ ਨਹੀਂ ਹੁੰਦਾ ਉਹਦੇ ਕੋਲ ਅਸੀਂ ਕਦੀ ਤਕਾਜ਼ਾ ਨਹੀਂ ਕੀਤਾ। ਔਰ ਕਈ ਮੁਸੇ ਕਿ ਐਸੇ ਬੰਦੇ ਆਉਂਦੇ ਨੇ ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਔਰ ਖਾ ਜਾਂਦੇ ਨੇ, ਅਸੀਂ ਅਲਹਮਦੁਲਿਲਾ ਅਸੀਂ ਸਿਰਫ ਅੱਲਾ ਦੀ ਰਜ਼ਾ ਵਾਸਤੇ ਕੰਮ ਕਰਦੇ ਹਾਂ, ਸਾਨੂੰ ਆਪਣਾ ਕੋਈ ਇਹਦੇ ਮਕਸਦ ਨਹੀਂ ਹੈਗਾ। ਔਰ ਇਹਦੇ ਸਿਰਫ ਇੱਕੋ ਮਕਸਦ ਹੈ, ਖਿਦਮਤ ਦਾ, ਸਿਆਸਤ ਦੀ, ਸਾਨੂੰ ਸਾਡੀ ਸਿਆਸਤ ਦੀ ਖਿਦਮਤ ਦੀ ਹੈ। ਇਹ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਵੱਲੋਂ ਇਨਸ਼ਾ ਅੱਲਾਹ ਤਾਲਾ ਇਹ ਸਾਡਾ ਅਗਲੇ ਪ੍ਰੋਜੈਕਟ ਵੀ ਆਏ ਨੇ, ਅਸੀਂ ਸਸਤਾ ਬਾਜ਼ਾਰ ਕੋਸ਼ਿਸ਼ ਕਰਾਂਗੇ ਹਫਤਾ। ਔਰ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਇੱਕ ਸਾਨੂੰ ਨਵੀਂ ਜਮਾਤ ਲੱਗਦੀ ਹੈ, ਇਹ ਦੱਸੋ ਇਹਦਾ ਇੰਤਖਾਬੀ ਨਿਸ਼ਾਨ ਕੀ ਹੈ? ਸਾਡਾ ਇੰਤਖਾਬੀ ਨਿਸ਼ਾਨ ਜੀ ਕੁਰਸੀ ਹੈ। ਅੱਛਾ, ਕੁਰਸੀ ਇੰਤਖਾਬੀ ਨਿਸ਼ਾਨ ਜੀ, ਜਿਹੜੀ ਉਹ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਦਾ। ਸਾਡਾ ਪਾਵਰ ਸ਼ੋਅ ਹੋਇਆ ਸੀ 28 ਮਈ ਨੂੰ ਮਨਾਰੇ ਪਾਕਿਸਤਾਨ ਵਿੱਚ ਅਲਹਮਦੁਲਿਲਾ, ਔਰ ਬਹੁਤ ਅੱਛਾ ਸੀ ਸਾਡਾ ਇਹ ਪਾਵਰ ਸ਼ੋਅ, ਪਹਿਲਾ ਸ਼ੋਅ ਸੀ ਪੰਜਾਬ ਵਿੱਚ, ਅੱਲਾਹ ਪਾਕ ਦੇ ਫਜ਼ਲ ਨਾਲ ਬੜਾ ਕਾਮਯਾਬ ਰਿਹਾ ਜੀ। ਬੜੀ ਜੀ, ਬਹੁਤ ਸ਼ੁਕਰੀਆ ਜੀ ਸ਼ੇਖ ਸਾਹਿਬ, ਅਸਲਾਮ ਵਾਲੇਕੁਮ। ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ।